आज का दिन इसे तरह मेरा मसरूफियत है। सूट कटिंग करो, सूट सिलाई करो, नाल नाल घर के काम करो। हम असं शामिल करांगे पानी, पानी जरा अस खुला डुलाई शामिल करांगे। पांचियां नूं असीं लाने पैवां ज्वाइंट लैस। इनू हुण अच्छी तरह तुसीं भुन लवो। एक प्लेट ज्वाइंट लैस, दूसरा प्लेट ज्वाइंट लैस, तीसरा प्लेट। बिस्मिल्लाहिर्रहमानिर्रहीम, अस्सलाम अलैकुम। हाँ जी, की हाल है तुहाडे सारयां दे? तबीयतां, सेहतां, निजतां सब ठीक ठाक है? बस कुछ ना पुछो, एक तो कम बहुत ज़्यादा ने, उत्तो साडा सिर दर्द भी बहुत ज़्यादा है। सुबह बच्चों स्कूल ते मदरसे भेज के इन्ना ज़्यादा सिर दर्द सी कि बस जैसे कि बस जिवें दिमाग फट जाना है। फिर मैं फौरन अपने भाई नूं मैसेज किया कि मेरा ना जरा चैकअप करवा दियो, पता कर दियो, क्योंकि हस्बैंड तो ऑफिस जा चुके सी। मैं कहा मेरा दिमाग फट जाना है, अजकल छोटे मसले होन या वड्डे मसले होन, मेहरबानी लापरवाही नहीं करनी चाहिए। वैसे तो मैं तुहानूं कहनी पई हाँ कि लापरवाही नहीं करनी चाहिए, लेकिन मैं आप बहुत ज़्यादा लापरवाही कर लैनी हूँ। लेकिन नहीं, हुण इंशाल्लाह जिंदगी रही अपने किसी भी मामले च लापरवाही नहीं करनी। तो फिर भाई ने पता किया, उन्होंने कहा कि ना दो दिन तक आइए ना, फलाना डॉक्टर हो स्कैन हो उस तो बाद सिटी स्कैन हो बाद उस मुताबिक फिर मेडिसिन वगैरह लिख देंगे। खैर चलो, अल्लाह पाक सबनों सेहत तंदुरुस्ती दे। आज का दिन इस तरह ही मेरा मसरूफियत है। सूट कटिंग करो, सूट सिलाई करो, नाल नाल घर के काम करो। बाकी कोई नहीं, सलवार की कटिंग हो गई। आसान पेंडू स्टाइल कटिंग, पेंडू स्टाइल इसलिए कह सकते ये अनपढ़ा की कटिंग है, बगैर इंटिटिव के नाप तो। मैं तो इस तरह ही गिठिया नाल ते चप्पियां नाल अंदाज़ियां नाल सिलाई, मतलब कि प्लेटां दे निशान वगैरह ला लैनी है, मोढ़ियां दी कटिंग कर लैनी है। असीं कोई एडे प्रोफेशनल टेलर नहीं हैगे। प्रोफेशनल टेलर ते नहीं हैगे, बस अल्लाह ने इज्जत रखी है, एक पर्दा रखिया है ऐबां दा, ते चलो माड़े मोटे सी लैने वा। ਹੈਲੋ ਜੀ, ਕਮੀਜ਼ ਦੀ ਕਟਿੰਗ ਹੋ ਗਈ। ਹੁਣ ਇਸ ਤਰ੍ਹਾਂ ਦੇ ਬਾਜ਼ੂ, ਬਾਜ਼ੂਆਂ ਨੂੰ ਮੈਂ ਸਾਈਡਾਂ ਪਿਛਲੀ ਸਾਈਡ 'ਤੇ ਜੋੜ ਡਾਲ ਦਿੱਤਾ ਸੀ। ਖੈਰ ਨਾਲ ਅਜ਼ਾਨ ਹੁੰਦੀ ਪਈ ਅਸਰ ਦੀ। पानी दे विच असी कावा रेडी करके हुण इहदे विच असी दुध शामिल कर लिता है। बस बंदे वास्ते दो घुट चाह, बाकी दी जिहड़ी घुट सवा घुट बच जाएगी उह मैं पी लांगी, क्योंकि मेरा भी अज बड़ा सिर दर्द करदा सी। जदों सिर दर्द करदा होवे उदों चाह ते साडा भी हक होना चाहीदा। चलो जी, थोड़ी देर चाह पका लईए ਅਤੇ ਭਾਂਡਿਆਂ ਨੂੰ ਜ਼ਰਾ ਹੱਥ ਮਾਰ ਲਈਏ। ਭਾਂਡੇ ਪਏ ਸੀ, ਮੈਂ ਕਿਹਾ ਚਲੋ ਭਾਂਡਿਆਂ ਨੂੰ ਵੀ ਜ਼ਰਾ ਹੱਥ ਮਾਰ ਲਈਏ।
ਮੇਰੇ ਕੋਲ ਡੱਬੇ ਆਈ ਜਾਣ ਨਾ, ਮਤਲਬ ਕਿ ਕੋਈ ਵੀ ਚੀਜ਼ ਆਏ ਨਾ ਡੱਬਿਆਂ ਦੇ ਵਿੱਚ ਤੇ ਚੀਜ਼ ਖਤਮ ਹੋ ਜਾਵੇ, ਮੈਂ ਡੱਬੇ ਵੇਸਟ ਨਹੀਂ ਕਰਦੀ। ਬੜੇ ਕੰਮ ਦੇ ਡੱਬੇ ਹੁੰਦੇ ਨੇ ਤੇ ਬੜੀਆਂ ਪਿਆਰੀਆਂ ਇਹ ਚੀਜ਼ਾਂ ਹੁੰਦੀਆਂ ਨੇ। ਬਸ ਮਜ਼ਾਜੀ ਖੁਦਾ ਨੂੰ ਚਾਹ ਵਗੈਰਾ ਪਿਲਾ ਲਈਏ ਤੇ ਫਿਰ ਜ਼ਰਾ ਬਾਹਰ ਦਾ ਕੋਈ ਚੱਕਰ ਲਾਈਏ, ਕੋਈ ਸਮਾਨ ਵਗੈਰਾ ਲਿਆਉਣਾ। ਇੱਕ ਦਫ਼ਾ ਖੰਗਾਲ ਲਵਾਂ ਫਿਰ ਮੈਂ ਇਹਨਾਂ ਨੂੰ ਸਾਬਣ ਲਗਾ ਕੇ ਨਾ ਸਿੰਕ ਦੇ ਅੰਦਰ ਰੱਖ ਲਈ ਜਾਂਦੀ ਹਾਂ ਤੇ ਵਾਸ਼ ਕੀਤੀ ਜਾਂਦੀ ਹਾਂ। ਮੇਰੀ ਮਹਿੰਦੀ ਅੱਛੀ ਲੱਗਦੀ ਪਈ, ਐਵੇਂ ਬਸ ਪੁਰਾਣੀਆਂ ਮਹਿੰਦੀਆਂ ਦੇ ਰੰਗ ਉੱਡਦੇ ਪੈਸੇ। ਮੈਂ ਕਿਹਾ ਜ਼ਰਾ ਲਾ ਲਵੋ, ਪਹਿਲੇ ਇੱਕ ਫੁੱਲ ਇੱਥੇ ਬਣਾਇਆ ਫਿਰ ਇੱਕ ਫੁੱਲ ਇੱਥੇ ਬਣਾਇਆ। ਹਾਏ ਚਾਹ ਵੀ ਬੁਲਣ ਲੱਗੀ, ਹਾਏ ਚਾਹੇ ਮੈਂ ਆ ਗਈ, ਚਾਹੇ ਮੇਰਾ ਧਿਆਨ ਤੇਰੇ ਵਿੱਚ ਵੀ ਇਹ ਨਾ ਸਮਝ ਬਾਜੀ ਸਭਾ ਬਰਤਨਾਂ ਦੇ ਧਿਆਨ ਲੱਗ ਗਈ ਤੇ ਮੈਂ ਉਬਲ ਜਾਵਾਂ ਤੇ ਚੁੱਲ੍ਹੇ ਉੱਤੇ ਆ ਕੇ ਸਾਰੀ ਨਾ ਚਾਹ ਲੰਮੇ ਪਾਈ ਜਾਵਾਂ ਡਿੱਗ ਜਾਵਾਂ, ਮੇਰੇ ਵਾਸਤੇ ਮਜ਼ੀਦ ਹੋਰ ਕੰਮ ਨਾ ਹੋ ਜਾਈ ਚੁੱਲ੍ਹੇ ਆ। ਅਕਸਰ ਇੰਝ ਹੁੰਦਾ ਜਦੋਂ ਤੁਸੀਂ ਜਿੰਨਾ ਜ਼ਿਆਦਾ ਬਿਜ਼ੀ ਹੁੰਦੇ ਜੀ ਜਾਂ ਤੁਹਾਡੀ ਤਬੀਅਤ ਥੋੜ੍ਹੀ ਜਿਹੀ ਹੁੰਦੀ ਨਾ ਅਪ ਡਾਊਨ, ਜਿਸ ਤਰ੍ਹਾਂ ਕੋਈ ਸੁਸਤੀ ਵਗੈਰਾ ਜਾਂ ਫਿਰ ਕੋਈ ਵੀ ਮਸਲਾ ਤੇ ਤੁਹਾਡਾ ਨਹੀਂ ਦਿਲ ਕਰਦਾ ਜੀ ਓਵਰ ਐਕਸਟਰਾ ਕੰਮ ਕਰਨ ਤੇ, ਤੇ ਉਸ ਦਿਨ ਤੁਹਾਡਾ ਕੰਮ ਜ਼ਿਆਦਾ ਹੋ ਜਾਂਦਾ, ਜ਼ਿਆਦਾ ਖਿਲੜ ਜਾਂਦਾ, ਇਸ ਲਈ ਜ਼ਰਾ ਅਹਿਤਿਆਤ ਨਾਲ ਕੰਮ ਕਰਿਆ ਕਰੋ। ਜਿਵੇਂ ਅਗਰ ਮੈਂ ਭਾਂਡੇ ਧੋਂਦੀ ਰਹਿੰਦੀ ਤੇ ਚਾਹ ਸਾਰੀ ਚੁੱਲ੍ਹੇ ਉੱਤੇ, ਬਾਅਦ ਫਿਰ ਚੁੱਲ੍ਹੇ ਖੋਲੋ, ਸਾਫ਼ ਕਰੋ, ਗਿੱਲੇ ਕਰੋ, ਸਰਫ ਲਾਵੋ, ਸਾਬਣ ਲਾਵੋ, ਬੜਾ ਵਕਤ ਹੁੰਦਾ ਹੈ। ਸੁਸਤੀ ਨਾ ਕੰਮ ਤੋਂ ਨਹੀਂ ਹੈ, ਸੁਸਤੀ ਅੱਜ ਮੈਨੂੰ ਸਿਰ ਦਰਦ ਤੋਂ, ਤੇ ਹੁਣ ਤੇ ਮਾਸ਼ਾਅੱਲਾ ਫਿਰ ਵੀ ਕੋਈ ਬਿਹਤਰ ਹੈਗਾ ਸਿਰ ਦਰਦ, ਲੇਕਿਨ ਮੈਂ ਚਾਹੁੰਦੀ ਮੈਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਆਰਾਮ ਪਹੁੰਚਾਵਾਂ, ਥੋੜ੍ਹਾ ਜਿਹਾ ਸਕੂਨ ਵਿੱਚ ਰੱਖਾਂ। ਮਾਸ਼ਾਅੱਲਾ ਫਿਰ ਬੱਚਿਆਂ ਦੀਆਂ ਮਾਵਾਂ ਵਾਂ, ਆਪਣਾ ਖਿਆਲ ਰੱਖਾਂਗੇ ਤੇ ਆਪਣੇ ਬੱਚਿਆਂ ਨੂੰ, ਆਪਣੇ ਘਰ ਨੂੰ, ਆਪਣੇ ਕਿਸਨਾਂ ਨੂੰ ਸੰਭਾਲ ਸਕਾਂਗੇ। ਬਾਕੀ ਕੋਈ ਨਹੀਂ, ਅੱਲਾ ਖੈਰ ਕੀਤਾ, ਇਨਸ਼ਾਅੱਲਾ ਦੋ ਦਿਨ ਬਾਅਦ ਚੈੱਕਅਪ ਕਰਵਾਵਾਂਗੇ ਤੇ ਇਨਸ਼ਾਅੱਲਾ ਅੱਲਾ ਪਾਕ ਸਭ ਬਿਹਤਰ ਹੀ ਰੱਖੇ, ਸਿਹਤ ਤੰਦਰੁਸਤੀ ਦੇਵੇ, ਫਿਰ ਹੀ ਪਤਾ ਚੱਲੇਗਾ। ਲਾਲ ਲੋਬੀਆ ਕੱਲ੍ਹ ਦਾ ਪਿਉਂਆ ਸੀ, ਲਿਹਾਜ਼ਾ ਨਸੀਹਤ ਹਾਸਲ ਕਰ ਲਵੋ, ਜ਼ਿਆਦਾ ਦੇਰ ਨਾ ਚਨੇ ਲੋਬੀਆ ਦਾਲਾਂ ਵਗੈਰਾ ਭਿਉਂ ਕੇ ਨਾ ਰੱਖਿਆ ਕਰੋ, ਕਿਉਂਕਿ ਉਹਦੇ ਉੱਪਰ ਨਾ ਫਿਰ ਲੇਸ ਵਗੈਰਾ ਆ ਜਾਂਦੀ, ਸਮੈਲ ਆਉਣ ਲੱਗ ਜਾਂਦੀ ਹੈ। ਪਾਣੀ ਚੇਂਜ ਕਰ ਲਿਆ ਕਰੋ, ਤੁਹਾਨੂੰ ਪਤਾ ਲੋਬੀਆ ਨੂੰ ਫਿਰ ਜ਼ਿਆਦਾ ਟਾਈਮ ਵਾਸਤੇ ਭਿਉਂ ਕੇ ਰੱਖਣਾ ਸੀ, ਇਸ ਤੇ ਰਾਤ ਦਾ ਭਿਉਂ ਕੇ ਰੱਖਿਆ ਕਿ ਚਲੋ ਸੁਬਹਾ ਨਾ ਅਜ਼ਾਨਾਂ ਤੋਂ ਬਾਅਦ, ਫਜਰ ਦੀਆਂ ਅਜ਼ਾਨਾਂ ਤੋਂ ਬਾਅਦ ਪਕਾ ਲਾਂਗੇ। ਬਸ ਫਿਰ ਉਹੀ ਸਿਰ ਦਰਦ ਦੀ ਵਈਆਂ ਤਾਂ ਬੱਚਿਆਂ ਨੂੰ ਵੀ ਬਾਜ਼ਾਰੋਂ ਨਾਸ਼ਤਾ ਮੰਗਵਾ ਦਿੱਤਾ ਅਤੇ ਨਹੀਂ ਪਕਾ ਸਕੇ, ਹੁਣ ਪਕਾਉਣ ਲੱਗੇ ਹਾਂ। ਲੋਬੀਏ ਦੇ ਵਿੱਚ ਅਸੀਂ ਪਿਆਜ਼, ਟਮਾਟਰ, ਹਰੀਆਂ ਮਿਰਚਾਂ, ਲਾਲ ਮਿਰਚਾਂ, ਨਮਕ, ਹਲਦੀ, ਜ਼ੀਰਾ, ਅਦਰਕ, ਲਸਣ ਦਾ ਪੇਸਟ ਸਭ ਕੁਛ ਸ਼ਾਮਿਲ ਕਰ ਲਿੱਤਾ, ਜੋ ਕਿ ਹਰ ਘਰ ਵਿੱਚ ਆਮ ਮਸਾਲੇ ਪਏ ਹੁੰਦੇ ਨੇ। ਹੁਣ ਅਸੀਂ ਇਹਦੇ ਵਿੱਚ ਸ਼ਾਮਿਲ ਕਰਾਂਗੇ ਪਾਣੀ, ਪਾਣੀ ਜ਼ਰਾ ਅਸੀਂ ਖੁੱਲ੍ਹਾ ਡੁਲਾਈ ਸ਼ਾਮਿਲ ਕਰਾਂਗੇ, ਕਿਉਂਕਿ ਇੱਕ ਤਾਂ ਵਾਹਵਾ ਟਾਈਮ ਲੱਗਣਾ ਇਹਨਾਂ ਨੂੰ, ਲਾਲ ਲੋਬੀਆ ਜਿਹੜਾ ਨਾ ਇਹਨੂੰ ਗਲਣ 'ਚ ਟਾਈਮ ਲੱਗਦਾ, ਦੂਜਾ ਅਗਰ ਪਾਣੀ ਜ਼ਿਆਦਾ ਵੀ ਹੋਏਗਾ ਤਾਂ ਟੈਨਸ਼ਨ ਨਹੀਂ ਲੈਣੀ, ਇਹੀ ਪਾਣੀ ਬਾਅਦ 'ਚ ਸ਼ੋਰਬਾ ਵੀ ਬਣ ਜਾਂਦਾ ਹੈ। ਭੁੰਨਣ ਤੋਂ ਬਾਅਦ ਨਾ ਤੁਸੀਂ ਇਸੇ ਪਾਣੀ ਨੂੰ ਦੁਬਾਰਾ ਲੋਬੀਏ 'ਚ ਸ਼ਾਮਿਲ ਕਰੋ ਤਾਂ ਸ਼ੋਰਬੇ ਵਾਲਾ, ਅਗਰ ਨਹੀਂ ਸ਼ਾਮਿਲ ਕਰੋ ਤਾਂ ਪਾਣੀ ਸੁਕਾ ਲਵੋ ਅਤੇ ਰਸ ਮਿਸਾ। ਚਾਹ ਵੀ ਉਬਲ ਉਬਲ ਕੇ ਅੰਨੀ ਕਮਲੀ ਹੁੰਦੀ ਫਿਰਦੀ ਹੈ, ਅਤੇ ਕੱਪ ਇੱਕ ਇੱਕ ਕਰਕੇ ਕਾਫੀ ਜ਼ਿਆਦਾ ਹੀ ਟੁੱਟ ਗਏ ਨੇ, ਲੇਕਿਨ ਕੁਛ ਕੱਪ ਮੈਂ ਸੰਭਾਲ ਕੇ ਰੱਖੇ ਹੁੰਦੇ ਨੇ, ਅਤੇ ਉਹਨਾਂ ਦੇ ਵਿੱਚੋਂ ਹੁਣ ਇੱਕ ਅੱਧਾ ਕੱਪ ਹੋਰ ਕੱਢੀਏ। ਇਹਨੂੰ ਤਾਂ ਰਹਿਣ ਨਹੀਂ ਦਈਏ, ਇਹ ਬਾਅਦ 'ਚ ਇਸਤੇਮਾਲ ਕਰਾਂਗੇ, ਜਿਸ ਤਰ੍ਹਾਂ ਦਾ ਕੱਪ ਪਹਿਲੇ ਬਾਹਰ ਇਸਤੇਮਾਲ ਹੁੰਦਾ ਅਤੇ ਨਾ ਉਹਦੇ ਨਾਲ ਦਾ ਹੀ ਕੱਢੀਏ। ਬੱਚਿਆਂ ਦਾ ਘਰ ਹੈ, ਬੱਚੇ ਸਲੈਬ 'ਤੇ ਰੱਖਣ ਆਉਂਦੇ ਨੇ, ਕੱਪ ਤੋੜ ਦਿੰਦੇ ਨੇ, ਚਾਹ ਪੀਂਦੇ ਨੇ, ਕੱਪ ਤੋੜ ਦਿੰਦੇ ਨੇ, ਅਤੇ ਫਿਰ ਨਾ ਇਕੱਠੇ ਹੀ ਮੰਗਵਾ ਲਈਦੇ ਨੇ, ਹਲਕੇ ਵਾਲੇ, ਵਧੀਆ ਵਾਲੇ ਨਹੀਂ। ਫਿਰ ਚਲੋ ਘਰ 'ਚ ਟੁੱਟ ਵੀ ਜਾਣ, ਰਫ ਯੂਜ਼ ਵੀ ਹੋ ਜਾਣ, ਅਤੇ ਫਿਰ ਟੈਨਸ਼ਨ ਨਹੀਂ ਹੁੰਦੀ, ਸਾਰੇ ਬੱਚਿਆਂ ਨੂੰ ਤਾਂ ਨਹੀਂ ਅਸੀਂ ਕੁਛ ਕਹਿ ਸਕਦੇ, ਬੱਚੇ ਨੇ ਵਕਤ ਦੇ ਨਾਲ ਸਮਝਦਾਰ ਹੋ ਜਾਣਗੇ। ਚਾਹੇ ਅਸੀਂ ਕੱਪ 'ਚ ਡਾਲ ਲਿੱਤੀ ਹੈ, ਸੋਸ ਪੈਨ ਅਸੀਂ ਪਾਣੀ 'ਚ ਭਿਉਂ ਦਿੱਤਾ ਹੈ, ਤਾਂ ਕਿ ਅੱਛੀ ਤਰ੍ਹਾਂ ਪਾਣੀ ਦੇ ਵਿੱਚ ਪੱਤੀ ਦਾ ਜਿਹੜਾ ਸਾਰ ਹੁੰਦਾ, ਚਾਹ ਦਾ ਸਾਰ ਹੁੰਦਾ ਨਾ, ਇਹ ਫਿਰ ਉਬਲ ਜਾਂਦਾ ਹੈ। ਜਦੋਂ ਵੀ ਮੇਰੇ ਕੋਲ ਚਾਹ ਜ਼ਿਆਦਾ ਹੈ ਤਾਂ ਫਿਰ ਮੈਂ ਨਾਲ ਨਾਨ, ਬ੍ਰੈਡ, ਰਸ ਬੰਦ ਵਗੈਰਾ ਮੰਗਵਾ ਲੈਣੀ ਹੈ, ਤਾਂ ਕਿ ਚਾਹ ਦੇ ਨਾਲ ਨਾਲ ਥੋੜ੍ਹਾ ਜਿਹਾ ਪੇਟ ਵੀ ਫੁੱਲ ਹੋ ਜਾਏ। ਜ਼ਾਹਿਰ ਗੱਲ ਜਦੋਂ ਕੰਮ ਕਾਜ ਕਰਨਾ ਤਾਂ ਫਿਰ ਇਨਸਾਨ ਲਾਪਰਵਾਹੀ ਵੀ ਕਰਦਾ ਆਪਣੇ ਖਾਣ ਪੀਣ ਦੇ ਮਾਮਲੇ 'ਚ, ਲੇਕਿਨ ਮੈਂ ਇੰਨੀ ਜ਼ਿਆਦਾ ਇਕੱਲੀ ਚਾਹ, ਮਤਲਬ ਕਿ ਖਾਲੀ ਚਾਹ ਨਹੀਂ ਪੀ ਸਕਦੀ, ਚਾਹ ਦੇ ਫਿਰ ਦੋ ਘੁੱਟ ਪਿੱਛੇ ਲੱਗਦੇ ਨੇ,
ਬਾਕੀ ਜੇ ਚਾਹ ਪਿਆਦਾ ਹੋਵੇ ਤਾਂ ਫਿਰ ਨਾਲ ਲੈਵੇਂ ਦਾ ਕੋਈ ਚਸਕਾ ਲਗਾ ਲੈਂਦੇ ਹਾਂ। ਪਾਂਚੇ ਬਣਾਉਂਦੇ ਪਹਿਲਾਂ, ਫਿਰ ਪਾਂਚਿਆਂ ਨੂੰ ਅਸੀਂ ਲਾਉਂਦੇ ਪਹਿਲਾਂ ਜੁਆਇੰਟ ਲੈਸ। ਇੱਕ ਅੰਬ ਪਿਆ ਸੀ ਲੇਕਿਨ ਮਿਲਕ ਸ਼ੇਕ ਵਿੱਚ ਤੁਹਾਨੂੰ ਪਤਾ ਅੰਬ ਘੱਟ ਹੋਵੇ ਨਾ ਮੈਂਗੋ ਸ਼ੇਕ ਵਿੱਚ, ਤੇ ਫਿਰ ਮਜ਼ਾ ਨਹੀਂ ਆਉਂਦਾ ਪੀਣ ਦਾ। ਇਸ ਲਈ ਫਿਰ ਮੈਂ ਨਾ ਵਿੱਚ ਥੋੜ੍ਹਾ ਜਿਹਾ ਇੱਕ ਥੋੜ੍ਹਾ ਜਿਹਾ ਤਾਂ ਨਹੀਂ ਲੇਕਿਨ ਇੱਕ ਆੜੂ ਵਿੱਚ ਸ਼ਾਮਿਲ ਕਰ ਦਿੱਤਾ। ਪਾਣੀ ਅੱਛੀ ਤਰ੍ਹਾਂ ਖੁਸ਼ਕ ਹੋ ਗਿਆ, ਹੁਣ ਇਹਨੂੰ ਭੁੰਨਣ ਵਾਸਤੇ ਅਸੀਂ ਇਹਦੇ ਵਿੱਚ ਸ਼ਾਮਿਲ ਕਰਾਂਗੇ ਓਇਲ। ਇਹਨੂੰ ਹੁਣ ਅੱਛੀ ਤਰ੍ਹਾਂ ਤੁਸੀਂ ਭੁੰਨ ਲਵੋ। ਹਲੇ ਅੰਬ ਨਾ ਸਹੀ ਨਹੀਂ ਆਏ, ਸਹੀ ਤਰ੍ਹਾਂ ਮਤਲਬ ਕਿ ਪੱਕੇ ਹੋਏ ਨਹੀਂ ਆਏ। ਇਸੇ ਤਰ੍ਹਾਂ ਮਿਲਕ ਸ਼ੇਕ ਵਿੱਚ ਨਾ ਮੈਂਗੋ ਦਾ ਕਲਰ ਵੀ ਨਹੀਂ ਸਹੀ ਆਇਆ, ਫਿੱਕਾ ਫਿੱਕਾ ਰੰਗ ਆਇਆ। ਬਿਸਮਿਲਲਾਹ ਦੀ ਬਰਕਤ, ਸ਼ੁਕਰ ਅਲਹਮਦੁਲਿਲਾ। ਚਲੋ ਸ਼੍ਰੀ ਫਾਤਮਾ ਆਪਣੀ ਬੈਠ ਜੀ। ਇਸਤਰੀ ਸਟੈਂਡ ਦੀ ਚਾਦਰ, ਚਾਰ ਪੁੰਜ ਵਾਲਾ ਕੱਪੜਾ, ਉਫੱਲਾ ਤੇ ਕਲੀਨ ਦੀ ਚਾਦਰ। ਪਤਾ ਨਹੀਂ ਹੁਣ ਕੰਬਲ ਦੇ ਵਿੱਚ ਜਗ੍ਹਾ ਬਣ ਜਾਏਗੀ ਕਿ ਨਹੀਂ। ਚਲੋ ਧੁੱਪ ਜੀ ਇਹਦਾ ਨਾਲ ਹੀ ਖੈਰ ਨੂੰ। ਹੁਣ ਅਸੀਂ ਮਸ਼ੀਨ ਲਾ ਦਿੱਤੀ ਹੈ ਤੇ ਨਾਲ ਮੋਟਰ ਚਲਾ ਦਿੱਤੀ ਹੈ। ਮੋਟਰ ਚੱਲਦੀ ਰਵੇ ਤੇ ਮਸ਼ੀਨ ਦਾ ਕੰਮ ਸਹੀ ਤੇ ਜਲਦੀ ਹੋ ਜਾਂਦਾ। ਜਲਦੀ ਦਾ ਮਤਲਬ ਕਿ ਪਾਣੀ ਸਹੀ ਹੋਵੇ ਨਾ ਤਾਂ ਮਸ਼ੀਨ 'ਚ ਕੱਪੜੇ ਸਹੀ ਆਪੇ ਖੁੱਲ੍ਹ ਡੁੱਲ ਕੇ ਵਾਸ਼ ਹੋ ਜਾਂਦੇ ਨੇ। ਉਫੱਲਾ, ਬਹੁਤ ਜ਼ਿਆਦਾ ਨੀਂਦ ਤੇ ਥਕਾਵਟ। ਬਸ ਦਿਲ ਕਰਦਾ ਥੋੜ੍ਹੀ ਦੇਰ ਲੇਟ ਜਾਵਾਂ ਤੇ 4 ਘੰਟੇ ਸਕੂਨ ਨਾਲ ਸੁੱਤੀ ਰਹੋ। ਥੋੜ੍ਹੀ ਦੇਰ ਲੇਟੇ ਦਾ ਮਤਲਬ ਜਦੋਂ ਅਸੀਂ ਕੰਮ ਤੋਂ ਜਾਨ ਛਡਾਉਣੀ ਹੋਵੇ ਨਾ ਤਾਂ ਸਾਡੀ ਕੋਸ਼ਿਸ਼ ਹੁੰਦੀ, ਸਾਨੂੰ ਸੁਸਤੀ ਚੜੀ ਹੋਏ ਨਾ, ਸਾਡੀ ਕੋਸ਼ਿਸ਼ ਹੁੰਦੀ ਸੀ ਥੋੜ੍ਹੀ ਦੇਰ ਬਸ ਲੰਮੀ ਪੈ ਗਈ, ਲੱਕ ਸਿੱਧਾ ਕਰ ਲਈ ਉਸ ਆਵੇ ਤੇ ਥੋੜ੍ਹੀ ਦੇਰ ਵਾਸਤੇ ਲੇਟਾਂ ਤੇ ਚਲੋ ਜੀ ਥੋੜ੍ਹੀ ਦੇਰ ਦਾ ਰੈਸਟ ਕਰੀਏ। ਲੇਕਿਨ ਮੈਂ ਰੈਸਟ ਦੇ ਬਾਰੇ ਕਿ 4-6 ਘੰਟੇ ਸਕੂਨ ਤੇ ਗਹਿਰੀ ਨੀਂਦ ਸੋਵਾਂ। ਕੀ ਕਰੀਏ, ਨਹੀਂ ਸੋ ਸਕਦੇ ਇੰਨਾ ਲੰਬਾ ਟਾਈਮ, ਇੰਨੇ ਲੰਬੇ ਟਾਈਮ ਵਾਸਤੇ ਨਹੀਂ ਸੋ ਸਕਦੇ। ਹੋਰ ਗੱਲਾਂ ਦੇ ਧਿਆਨ ਲੱਗ ਗਏ, ਯਾਦ ਆਇਆ ਸੂਟ ਤਾਂ ਕੰਪਲੀਟ ਹੋ ਗਿਆ, ਤਰਪਾਈਆਂ ਸ਼ਰਪਾਈਆਂ ਹਰ ਚੀਜ਼ ਮੈਂ ਕਰ ਦਿੱਤੀ ਹੈ। ਹੁਣ ਨਾ ਇਹਦੇ ਗਲੇ 'ਤੇ ਲਗਾਉਣੇ ਨੇ ਤਸਲ, ਅਤੇ ਤਸਲਾਂ ਵਾਸਤੇ ਨਿਸ਼ਾਨ ਲਗਾਈਏ। ਨੋ ਨੋ, ਇੱਧਰ ਐਂਡ ਇੱਧਰ, ਨਹੀਂ ਇੱਧਰ ਸੈਂਟਰ ਬਣਿਆ ਕਿ ਨਹੀਂ। ਹੁਣ ਤੁਹਾਡੇ ਸੂਟ ਦੇ ਵਿੱਚ ਕਲਰ ਨੇ ਪਰਪਲ, ਔਰੇਂਜ, ਪਿੰਕ, ਮੈਨੂੰ ਔਰੇਂਜ ਕਲਰ ਦੇ ਨਾ ਟਸਲ ਅੱਛੇ ਲੱਗੇ। ਤੁਸੀਂ ਸੂਟ 'ਤੇ ਵੀ ਐਵੇਂ ਦੀ ਮੈਚਿੰਗ ਕਰੋ ਜਿਹੜੀ ਆਪਣੇ ਵੱਲ ਅਟਰੈਕਟ ਕਰੇ, ਆਪਣੇ ਵੱਲ ਖਿੱਚੇ। ਹੁਣ ਵੇਖ ਲਵੋ ਉਹਨਾਂ ਮਤਲਬ ਕਿ ਕਲਰ ਵੀ ਸੂਟਾਂ ਦੇ ਇਹ ਜਿਹੀ ਮਤਲਬ ਕਿ ਫੁੱਲ ਫੁੱਲ ਬਣੇ ਨੇ ਨਾ, ਇੰਨੇ ਇਹ ਵੀ ਅਟਰੈਕਟ ਨਹੀਂ ਕਰਦੇ ਪਏ ਜਿੰਨੇ ਆ ਤੁਹਾਡੇ ਟਸਲ, ਤੁਹਾਡੇ ਨਹੀਂ ਸਾਡੇ ਟਸਲ ਕਰਦੇ ਪਏ। ਚਲੋ ਟਸਲ ਪੱਕੇ ਕਰੀਏ, ਸੂਈ 'ਚ ਧਾਗਾ ਪਾਈਏ, ਕਿਉਂਕਿ ਮੈਨੂੰ ਲੱਗਦਾ ਨਾ ਸੂਈ 'ਚ ਧਾਗਾ ਪਾਇਆ ਉਹ ਪਹਿਲਾਂ ਨਿਸ਼ਾਨ ਲਾ ਲਈ। ਵੀਡੀਓ ਬਣਾਉਣੀ ਆਸਾਨ ਨਹੀਂ ਬੱਚਿਓ। ਸੂਈ ਦੇ ਵਿੱਚ ਧਾਗਾ, ਚਲੋ ਜੀ ਸੂਟ ਸਿਲਾਈ ਦੇ ਦੌਰਾਨ ਮਤਲਬ ਕਿ ਨਾਲ ਨਾਲ ਸੂਟ ਸਿਲਾਈ ਅਤੇ ਨਾਲ ਨਾਲ ਹੋਰ ਵੀ ਕੰਮ ਕੀਤੇ ਨੇ। ਉਹ ਜਿਹੜਾ ਮਸ਼ੀਨ ਦੇ ਵਿੱਚ ਚਾਦਰਾਂ ਪਈਆਂ ਹੋਈਆਂ ਸੀ ਨਾ, ਇਸ ਸਿਸਟਮ ਦੀ ਚਾਦਰ ਅਤੇ ਕੰਬਲ ਵਗੈਰਾ ਅਤੇ ਪਲੇਨ ਦੀ ਚਾਦਰ, ਉਹਨੂੰ ਕੱਢ ਕੇ ਫਿਰ ਦੁਬਾਰਾ ਇੱਕ ਪੂਲ ਹੋਰ ਲਗਾਇਆ।
ਤੇ ਉਸ ਤੋਂ ਬਾਅਦ ਕਿਚਨ ਵਿੱਚ ਲਾਲ ਲੋਬੀਆਂ ਪਕਾ ਕੇ ਰੋਟੀਆਂ ਪਕਾ ਕੇ ਸਭ ਨੂੰ ਖਿਲਾ ਕੇ ਬਰਤਨ ਧੋ ਕੇ ਦੁੱਧ ਬੋਇਲ ਕਰਕੇ ਫਿਰ ਦੁਬਾਰਾ ਮਸ਼ੀਨ 'ਤੇ ਨਾਲ ਨਾਲ ਕੰਮ ਅਤੇ ਨਾਲ ਨਾਲ ਸਿਲਾਈ ਨਾਲ ਨਾਲ ਬੱਚਿਆਂ ਦੀ ਰੂਟੀਨ ਚੈੱਕ ਕਿ ਕੋਈ ਬੱਚਾ ਸਪਾਰਾ ਫਰਨ ਗਿਆ ਹੈ ਕਿ ਨਹੀਂ, ਸਪਾਰਾ ਯਾਦ ਕੀਤਾ ਕਿ ਨਹੀਂ, ਕਿਸੇ ਨੇ ਕਿੰਨਾ ਖਾਣਾ ਖਾਧਾ, ਕਿਸੇ ਨੇ ਘੱਟ ਤਾਂ ਨਹੀਂ ਖਾਧਾ। ਫਿਰ ਬੱਚਿਆਂ ਨੂੰ ਭੇਜਿਆ ਦੁੱਧ ਲੈ ਕੇ ਆਓ, ਫਿਰ ਬੇਟੇ ਨੂੰ ਭੇਜਿਆ ਦੁਪੱਟੇ ਦੀ ਪਾਈਪਿੰਗ ਲੈ ਕੇ ਆਓ, ਲੇਕਿਨ ਪਾਈਪਿੰਗ ਉਹਨੂੰ ਮੈਂ ਭੇਜਿਆ ਸੀ 9 ਗਜ਼ ਲੈਣ, ਦੁਪੱਟੇ ਤਾਂ 8.5-8 ਗਜ਼ ਲੱਗਦੀ, ਲੇਕਿਨ ਉਹ ਯਾਦ ਭੁੱਲ ਗਿਆ, ਉਹ 5 ਗਜ਼ ਲੈ ਕੇ ਆ ਗਿਆ। ਹੁਣ 5 ਗਜ਼ ਕਿਤੇ ਵੀ ਨਹੀਂ ਲੱਗ ਸਕਦੀ, ਫਿਰ ਦੁਬਾਰਾ ਸ਼ੋਅ ਬੰਦ ਹੋ ਗਈ। ਸੂਟ ਕੰਪਲੀਟ ਹੋ ਗਿਆ, ਪਸਲ ਤਰਪਾਈ ਹਰ ਚੀਜ਼ ਕੰਪਲੀਟ। ਅਗਰ ਇਹੀ ਲੈਸ ਨਾ ਇਹ ਕਲਰ ਦੀ ਹੁੰਦੀ, ਔਰੇਂਜ ਕਲਰ ਦੀ, ਤਾਂ ਬਹੁਤ ਬਿਊਟੀਫੁਲ ਲੱਗਣਾ ਸੀ, ਲੇਕਿਨ ਚਲੋ ਮਰਜ਼ੀ, ਕਿਉਂਕਿ ਮੇਰੇ ਵਿੱਚ ਬਾਜ਼ਾਰ ਜਾਣ ਦੀ ਹਿੰਮਤ ਨਹੀਂ ਸੀ। ਅਤੇ ਮੈਂ ਫਿਰ ਆਪਣੀ ਸਿਸਟਰ ਨੂੰ ਕਿਹਾ ਕਿ ਮੈਨੂੰ ਖੁਦ ਲੈਸ ਲਿਆ ਕੇ ਦਿਓ ਭਾਜੀ ਆਪਣੀ ਮਰਜ਼ੀ ਦੀ, ਅਤੇ ਫਿਰ ਉਹ ਬਲੈਕ ਕਲਰ ਦੀ ਲੈ ਆਈ। ਹਾਲਾਂਕਿ ਮੈਂ ਉਹਨੂੰ ਬਾਰ ਬਾਰ ਮੈਸੇਜ ਕਿਹਾ ਸੀ ਕਿ ਔਰੇਂਜ ਲੈ ਆਈ, ਔਰੇਂਜ ਲੈ ਆਈ, ਡਾਰਕ ਕਲਰ ਲੈ ਕੇ ਆਈ, ਉਹ ਜ਼ਿਆਦਾ ਨਾ ਮਤਲਬ ਕਿ ਅੱਛਾ ਲੱਗੇਗਾ, ਲੇਕਿਨ ਉਹ ਫਿਰ ਬਲੈਕ ਕਲਰ ਦੀ ਲੈ ਆਈ। ਚਲੋ ਕੋਈ ਨਹੀਂ, ਅੱਲਾ ਨੂੰ ਪਾਉਣਾ ਅਤੇ ਹੰਡਾਨਾ ਨਸੀਬ ਕਰੇ। ਉਫ ਅੱਲਾ, ਸ਼ਲਵਾਰ ਵੀ ਕੰਪਲੀਟ ਹੈ, ਕਿੱਧਰ ਗਿਆ ਪੁੰਚਾ? ਇਹ ਇਹਦੇ ਪੌਂਚਿਆਂ 'ਤੇ ਜੁਆਇੰਟ ਲੈਸ ਲਾ ਕੇ ਨਾ ਅਤੇ ਇੱਕ ਇੱਕ ਪਲੇਟ ਡਾਲਿਆ, ਪ੍ਰੈਸ ਪ੍ਰੁੱਸ ਮੈਂ ਕੋਈ ਨਹੀਂ ਕੀਤਾ। ਐਵੇਂ ਪੁੰਚ, ਇੱਕ ਪਲੇਟ ਜੁਆਇੰਟ ਲੈਸ, ਦੂਸਰਾ ਪਲੇਟ ਜੁਆਇੰਟ ਲੈਸ, ਤੀਸਰਾ ਪਲੇਟ, ਦੋਨੋਂ ਪੌਂਚਿਆਂ 'ਤੇ ਇਹੀ ਰਿਪੋਰਟ। ਤਰਪਾਈ ਮੈਂ ਕੀਤੀ ਅੰਦਰ ਵਾਲੀ ਸਾਈਡ 'ਤੇ, ਦੁਪੱਟਾ ਹੁਣ ਨਾ ਪਾਈਪਿੰਗ ਦਾ ਇਸ਼ੂ ਬਣਿਆ, ਪਾਈਪਿੰਗ ਨਹੀਂ ਮਿਲੀ। ਬਾਕੀ ਫਿਰ ਦੁਪੱਟਾ ਖੁਦ ਆਪੇ ਪੀਕੋ ਕਰਵਾ ਲਵੇ, ਵੀ ਪੀਕੋ ਕਰਵਾਵੇ, ਲੈਸ ਲਗਵਾਵੇ, ਪਾਈਪਿੰਗ ਲਗਵਾਵੇ। ਵਾਸ਼ਿੰਗ ਮਸ਼ੀਨ ਦੇ ਵਿੱਚੋਂ ਕੱਪੜੇ ਕੱਢੀਏ ਅਤੇ ਥੋੜ੍ਹੀ ਦੇਰ ਰੈਸਟ ਕਰੀਏ। ਇਹ ਵਾਲੇ ਨਾ ਕੋਟ ਦੇ ਵਿੱਚ ਜ਼ਿਆਦਾਤਰ ਪੈਂਟਾਂ ਹੀ ਸੀ, ਕਿਉਂਕਿ ਫਿਰ ਵੱਡੀਆਂ ਛੋਟੀਆਂ ਹੁੰਦੀਆਂ ਨਾ, ਸਭ ਦੀਆਂ ਪੈਂਟਾਂ ਨਹੀਂ ਤਰ੍ਹਾਂ ਮੈਂ ਇਕੱਠੀਆਂ ਵਾਸ਼ ਕਰ ਲਈ। 2:37 ਅੱਧਾ ਪੌਣਾ ਘੰਟਾ ਸੋਈ ਜਾਣਾ ਚਾਹੀਦਾ। ਇਨਸ਼ਾਅੱਲਾ ਜ਼ਿੰਦਗੀ ਰਹੀ, ਦੁਬਾਰਾ ਕਿਸੇ ਹੋਰ ਵੀਡੀਓ ਨਾਲ ਹਾਜ਼ਰ ਹੋਵਾਂਗੇ। ਆਪਣਾ ਬਹੁਤ ਸਾਰਾ ਖਿਆਲ ਰੱਖੋ, ਅੱਲਾ ਪਾਕ ਸਭ ਨੂੰ ਆਪਣੇ ਹਿਫਜ਼ ਇਮਾਨ ਵਿੱਚ ਰੱਖੇ। ਅੱਲਾ ਹਾਫਿਜ਼।